ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਨਾ ਲੱਦੂ ਵਾਲਾ ਨਾ ਗਿਣੀ ਜਾਂਦਾ ਪੈਸੇ, ਪਹਿਲਾਂ ਹੀ ਮੈਚ ਤੋਂ ਖੇਡਣ ਤੋਂ, ਮੈਚ ਤੋਂ ਪਹਿਲਾਂ ਹੀ ਅੱਜ ਗਿਣਾਤੇ ਆ ਵੀ ਭਾਈ ਆਲਾ ਫੜ ਪਹਿਲਾਂ। ਤੇ ਕਹਿੰਦੇ ਵੀ ਜਿੱਦਾਂ ਪਹਿਲਾਂ ਮਤਲਬ ਕਿ ਪੈਸੇ ਗਿਣੇ ਨਾ ਤੇ ਜੱਫੇ ਪਾਉਂਦਾ ਜ਼ਿਆਦੇ, ਜਿੰਨੇ ਲੱਦੂ ਵਾਲਾ ਸੱਦਣਾ ਗਿਣੇ। ਮੇਰੀ ਗੱਲ ਸੁਣ, ਗਿਣੇ ਹੈਪੀ? ਹਾਂਜੀ ਭਾਈ, ਗਿਣੇ 31,000 ਸ਼ੋਅ ਮੈਚ ਦਾ ਪਹਿਲਾਂ ਫੜਾਤਾ ਇਹਨੂੰ ਲੱਦੂ ਵਾਲੇ ਦਾ 31,000 ਰੁਪਇਆ। ਹਾਂ ਫਿਰ ਕਿੱਦਾਂ ਲੱਦੂ ਵਾਲਾ ਸੁਣਾ ਕੋਈ ਗੱਲਬਾਤ, ਚੜ੍ਹਦੀ ਕਲਾ ਭਵਾਨੀ ਕਿਰਪਾ ਵੇ ਚੜਾ ਸਾਡਾ ਵੀ ਵਲੌਗ ਕਿਤੇ ਕੋਈ ਵੇਖਣ ਲੋਕ ਚਾਹ। ਸਾਡਾ ਵਲੌਗ ਸੱਚ ਉਹਦੋਂ ਮੈਂ ਕਰਨਾ ਸੀ ਸ਼ੇਅਰ, ਚੇਤਾ ਭੁੱਲ ਗਿਆ। ਆਨੰਦਪੁਰ ਸਾਹਿਬ ਚੱਲ ਗਿਆ ਅੱਜ ਕਰਦਾ, ਤੁਸੀਂ ਆੜਾ ਵਲੌਗ ਆਨੰਦਪੁਰ ਸਾਹਿਬ ਸੱਚ ਤੁਸੀਂ ਬੜਾ ਤਿਲਗਾ ਪਾਇਆ, ਬਹੁਤ ਕਿਰਪਾ ਰਹੀ। ਮੈਂ ਨਹੀਂ ਵਧੀਆ ਆਇਰ ਕੀ ਪਹਿਲੀ ਵਾਰੀ ਤਰਨ ਤਰਨ ਪਹਿਲੇ ਨੰਬਰ ਤੇ ਆਈ ਹੈ? ਨਹੀਂ ਅੱਗੇ ਵੀ ਆਈ, ਪਿਛਲੀ ਵਾਰੀ ਵੀ ਆਈ ਸੀ, ਪਿਛਲੀ ਵਾਰ ਨਹੀਂ, ਪਿਛਲੇ ਰੇਸ਼ਮ ਲਿਖੀ ਜਾਂਦਾ ਰੀਜ ਪੁਰਾਣੀ ਮਿੱਤਰਾਂ ਦੀ ਰੀਜ ਓਦਾਂ ਇਹ ਕਹਿੰਦੇ ਵੀ ਆਇਰ ਕੀ ਆਪਾਂ ਜਿੱਤੇ ਆ ਵੀ ਪੂਰੀਆਂ ਟੀਮਾਂ ਵਧੀਆ ਵੀ ਬਣੀਆਂ ਤੇ ਵੀ ਪੂਰੇ ਪ੍ਰੋਡਕਟ ਡਿਸਿਪਲਿਨ ਜਿਹੜਾ ਜਿੱਤੇ ਆ ਵੀ ਚ ਰੌਲਾ ਜਿਹਾ ਪੈ ਗਿਆ ਨੰਬਰ ਦਾ ਜਦੋਂ ਗਏ, 21 ਚ ਹੋਈ ਨਹੀਂ, 22 ਚ ਵੀ ਤੁਹਾਨੂੰ ਪਤਾ ਸੰਦੀਪ ਲਵਾਨ ਦਾ ਕਰਕੇ ਨਹੀਂ ਹੋਈ, 23 ਚ ਹਜੇ ਹੋਈ ਸੀ ਤੇ 23 ਚ ਅੱਧੇ ਕੁ ਬੰਦੇ ਗਏ ਅੱਧੇ ਗਏ ਨਹੀਂ ਤੇ ਅੱਧੀ ਅੱਧੀ ਟੀਮ ਹੁਣ ਕਹਿੰਦੇ ਜਦੋਂ ਪ੍ਰੋਪਰ ਬਣ ਕੇ ਆਏ ਆਪਾਂ ਸਾਰੇ ਬੰਦੇ ਠੀਕ ਹੈ ਠੀਕ ਹੈ ਤਾਂ ਕਹਿੰਦੇ ਪੂਰੀ ਰੀਚ ਲਾ ਕੇ ਬੈਸਟ ਦਾ ਘਟਦਾ ਬਰਾਬਰ ਹੀ ਪਤਾ ਨੀ ਦਾ ਚੱਕਰ ਸੀ। ਪਲੇਅਰ ਸਾਰੇ ਇਕੱਠੇ ਰਹਿਣੇ ਐਵੇਂ ਪਲੇਅਰਾਂ ਚ ਪਾਲਕ ਪਾਉਂਦੇ ਆ, ਪੋਸਟ ਬਾਅਦ ਚ ਪਾਤੀ ਉਦੋਂ ਬੋਲਣ ਆ ਗਏ ਲਾਈਵ ਮੈਲ ਮੇਲੇ ਚ ਆ ਜਾਣਾ, ਧਿਆਨ ਰੱਖਣਾ ਜਿੱਥੇ ਗਲਤੀ ਹੁੰਦੀ ਅਗਲੇ ਨੂੰ ਉਦੋਂ ਟੱਕਰਨ। ਅਗਲੇ ਦਿਨ ਜਾਣਾ ਸੀ ਤੇ ਉਹ ਗੱਡੀ ਨਾ ਟੈਕਸੀ ਵਾਲੀ ਸੱਦੀ ਤੇ ਉਹਨੂੰ ਕਿਹਾ ਵੀ ਚੱਲੀ ਆਪਾਂ ਜੇ ਉਨੇ ਥਾਣੀ ਜਾਂਦੇ ਤੂੰ ਫਿਰ ਸਿੱਧਾ ਉੱਥੇ ਪਹੁੰਚ ਜਿੱਦਾਂ ਜਿੱਥੇ ਮੈਚ ਹੁੰਦੇ ਆ। ਮੈਨੂੰ ਤੇ ਆਪ ਬੁਖਾਰ ਬੜਾ ਸੀ ਤੇ ਸੁਣ ਤੇ ਲੈ ਉਹਨੂੰ ਉਹਦੀ ਗੱਡੀ ਹਿਮਾਚਲ ਨੰਬਰ, ਮੈਂ ਕੱਲਾ ਸੀ ਬਾਕੀ ਤੇ ਸਾਡਾ ਪਿੰਡ ਤੋਂ ਉਦਾਂ ਬਾਹਰ ਗਿਆ ਵਾ ਸਾਰਾ, ਹੈ ਨੀ ਕੋਈ ਜਵਾਬ ਜੂ ਲੱਭਦਾ ਨੀ, ਮੈਂ ਕੱਲੇ ਦਾ ਸਾਥ ਕਿੱਥੇ ਹੋਣਾ। ਤੇ ਉਹ ਕਹਿੰਦਾ ਮੈਂ ਉਨੇ ਥਾਣੀ ਨੀ ਜਾਣਾ, ਮੈਂ ਜੇ ਦੂਜਾ ਤੂੰ ਸਿੱਧਾ ਸਿੱਧਾ ਜਾਣਾ ਆਉਂਦੀ ਤਾਂ ਆਪਾਂ ਮੈਂ ਸ਼ਾਮੀ ਉੱਥੇ ਲੰਗਰ ਖਾਣ ਜਾਣਾ ਹੀ ਹੋ ਫਿਰ ਆ ਕਰਕੇ ਥੋੜੀ ਵਾਰ ਵਾ ਜਿਹੜੇ ਮੈਨੂੰ ਮਾਫੀ ਦੇ ਮਾਰੀ ਦੇ ਗਏ ਫਿਰ ਟੀਮ ਦਾ ਤੁਹਾਨੂੰ ਪਤਾ ਜਾਣਾ ਹੀ ਪੈਂਦਾ। ਚਲੋ ਵਧੀਆ ਟੀਮ ਜਿੱਤ ਗਈ, ਟੀਮ ਵਰਕ ਕੀਤਾ ਸਾਰਿਆਂ, ਬੁਖਾਰ ਬਹੁਤ ਜ਼ਿਆਦਾ ਜਿਹੜੇ ਵਾਹ ਨੀ ਕੋਈ ਧੱਕੇ ਨਾ ਗਏ। ਚਲੋ ਠੀਕ ਆ, ਹੁਣ ਟੀਮ ਫਿਰ ਕਿੱਦਾਂ ਨਵੀਂ ਬਣਾਈ ਆ ਤੂੰ ਵੀ? ਟੀਮ ਆਪਾਂ ਹਾਂ ਆਪਣੇ ਪਿੰਡ ਦੀ ਫਿਰ ਜਿਹੜੇ ਤੇ ਕਢਾਇਆ ਕਰੇਗਾ ਮੈਨੂੰ ਵੀ ਮੈਨੂੰ ਤਾਜੀ ਤੁਹਾਡੀ ਤੇ ਟੀਮ ਆ। ਠੀਕ ਹੈ ਠੀਕ ਆ ਜੀ, ਸਹੀ ਹੈ। ਮੇਰੀ ਗੱਲ ਸੁਣ, 8 ਤਰੀਕ ਨੂੰ ਨਾ ਸਾਡੇ ਖੇਡਣਾ ਜੀ ਮੈਚ, ਤੈਨੂੰ ਪਹਿਲਾਂ ਦੱਸਿਆ ਹੁਣ ਇਹ ਨਵੇਂ ਬਲੌਗ ਤੇ ਦੱਸਦੀ ਆ ਆਪਣੇ ਭਾਈ ਜਗਰਾਜ ਸਿੰਘ ਤੂਫਾਨ ਦੀ ਯਾਦ ਚ 8 ਤਰੀਕ ਨੂੰ ਮੇਲਾ ਵਾ, ਉੱਥੇ ਟੀਮ ਆਪਾਂ ਵਧੀਆ ਪੂਰੀ ਆਪਣੇ ਬਾਹਰ ਵਾਲੇ ਭਰਾ ਜਿੰਨੇ ਵੀ ਆ ਅਮਰੀਕਾ ਤੋਂ ਉਹਨਾਂ ਦੇ ਗਏ ਸੀ ਘਰੇ ਵੀ ਤੇ ਉਹਨਾਂ ਨੇ ਸੱਦਿਆ ਸੀ ਆਪਾਂ ਨੂੰ ਤੇ ਤੂੰ ਵੀ ਆਉਣਾ ਜੁੜੀ ਹੈਪੀ ਤੇ ਵਧੀਆ ਵਧੀਆ ਸਾਰੇ ਪਲੇਅਰ ਖਿਡਾਵਾਂਗੇ ਉੱਥੇ ਬਾਬਾ ਆਪਣਾ ਤੇ ਬੜੀ ਇਲਾਕੇ ਨੂੰ ਦੇਣ ਸੀ ਉਹਨਾਂ ਦੀ ਤੇ ਅਸੀਂ ਉਹਨਾਂ ਦੇ ਮਤਲਬ ਵੀ ਮੇਲਾ ਖੇਡਾਂਗੇ। ਹੋਰ ਗੱਲਾਂ ਬਾਤਾਂ ਫਿਰ ਹੋਰ ਵਧੀਆ ਚੜ੍ਹਦੀ ਤਿਆਰੀ ਫਿਰ ਅੱਜ ਪੂਰੀ। ਯਾਰ ਆਹ ਪਿਛਲੀ ਵਾਰੀ ਵੀ ਮੌਸਮ ਏਦਾਂ ਦਾ ਹੀ ਰਿਹਾ ਹੈ ਨਾ, ਇੱਥੇ ਪਿਛਲੀ ਵਾਰੀ ਧੁੱਪ ਨਹੀਂ ਧੁੱਪ ਨਹੀਂ ਮਤਲਬ ਜਿੱਦਾਂ ਵੀ ਕਣਕਾਂ ਪਿਛਲੀ ਵਾਰੀ ਵੀ ਏਦਾਂ ਹੀ ਪੱਕੀਆਂ ਹੈ ਨਾ, ਕੱਚਾ ਪਿੱਲਾ ਜਿਹਾ ਏਦਾਂ ਥੋੜਾ ਝਾੜ ਉਦਾਂ ਵਧੀਆ ਨਿਕਲਦਾ ਕਣਕਾਂ ਦਾ ਕਿ ਦਾਣਾ ਨਹੀਂ ਨਾ ਸੁੱਕਦਾ ਕਣਕ ਦਾਣਾ ਨਹੀਂ ਉਦਾਂ ਜਦੋਂ ਯਕਦਮ ਗਰਮੀ ਪੈ ਜਾਂਦੀ ਆ ਤੇ ਧੁੱਪ ਮਾੜੀ ਇਹ ਤਾਂ ਨਿਊਜ਼ੀਲੈਂਡ ਵਾਲਾ ਮੌਸਮ ਬਣਿਆ ਰਹਿੰਦਾ ਉੱਥੇ ਏਦਾਂ ਉੱਥੇ ਹੁੰਦਾ ਸਾਰੀ ਐਪਸ ਫੋਰ ਹਾਂ ਤਿਆਰੀਆਂ ਪੂਰੀਆਂ ਬੰਦੇ ਫਿਰ ਕਿਹੜੇ ਕੀਤੇ ਨਾਲ
ਇੱਕ ਤੂੰ ਗਰਲਾਲ ਸੋਲ ਤੂੰ ਕੀਤਾ ਵਾ, ਜੇ ਅਰਸ਼ ਚੱਲ ਗਿਆ ਬਾਹਰ ਤੇ ਵਧੀਆ ਵਾ, ਚਲੋ ਤੇ ਚੱਲ ਜੇ ਠੀਕ ਆ। ਕਈ ਵਾਰ ਵੀਜੇ ਦਾ ਅੱਗੇ ਪਿੱਛਾ ਜਾਂਦਾ ਤੇ ਓਦਾਂ ਗੱਜਣ ਕੀਤਾ ਸੀ, ਉਹ ਚੱਲ ਗਿਆ ਬਾਹਰ ਗੱਜਣ, ਚਲੋ ਬਿਮਾਰ ਪਣ ਹੋਏ ਗੱਜਣ ਗੱਲ ਬਾਹਰ ਚੱਲ ਗਿਆ ਤੇ ਹੁਣ ਤਾਂ ਮੈਚ ਵੀ ਖੇਡੂ। ਉਹ ਤੇ ਅਰਸ਼ ਆ ਜੇ ਤੇ ਚੱਲ ਗਿਆ ਠੀਕ ਆ, ਨਹੀਂ ਤੇ ਜੇ ਚੱਲ ਗਿਆ ਤੇ ਡਨ ਆ। ਨਹੀਂ ਫਿਰ ਤਾਂ ਬਹੁਤ ਵਧੀਆ, ਜ਼ਿਆਦਾ ਤਕਰੀਬਨ ਉਹਦੇ ਚਾਂਸ ਵੀ ਚੱਲ ਹੀ ਜਾਣਾ ਉਹਨੇ ਚੱਲ ਜਾਣਾ। ਤੇ ਹੋਰ ਫਿਰ ਆਪਾਂ ਕਿਹੜਾ ਵਾ ਵੱਡਾ ਮੱਲ ਆਪਣੇ ਕੋਲ, ਤੂੰ ਹੀ ਆ ਲਵਲੀ ਵੇਰੇ ਵਾਲਾ ਵਾ, ਗੁੱਸਾ ਨਾ ਕਰ ਲੇ ਲਵਲੀ ਵੇਰਾ। ਤੇ ਨਾਲ ਬਿੱਲਾ ਵੀ ਕਹਿ ਤਾ, ਸੁੱਖਾ ਮੱਗਾ ਵੀ ਕਹਿ ਤਾ, ਬੰਦੇ ਸਾਰੇ ਹੀ ਕਹਿ ਦੇ ਜਿੰਨੇ ਏਰੀਏ ਦੇ ਹੈਗੇ, ਕੋਈ ਛੱਡਿਆ ਨੀ, ਬੰਦਾ ਹੀ ਬੰਦਾ ਕਰਦਾ ਬੰਦਾ। ਚਾਰ ਕਲੱਬਾਂ ਪਰਸੋਂ ਕਿਤੇ ਕਿਹੜਾ, ਸੱਤ ਨੂੰ ਖੇਡਣਾ ਹੈ, ਸੱਤ ਨੂੰ, ਸੱਤ ਨੂੰ ਗੁਰਦਾਸ ਕਿੱਥੇ ਖੇਡੀ ਖੇਡੀ ਆ, ਚੱਲ ਮੈਂ ਅੱਧਾ ਘੰਟਾ ਦਿਹਾਣਾ ਕਰੀਏ ਹੈਗਾ ਆਪਣੇ ਕੋਲ ਮੈਚ, ਕੱਲ ਚਾਰ ਵੀ ਹੈਗੀ ਏ, ਸਾਰੀਆਂ ਹੈਗੀਆਂ ਤਰੀਕਾਂ, ਸੱਤ ਅੱਠ ਜੇ 13-14 ਵਾਵਾ ਵਿੱਚ ਚੇਤਾ ਨੀ, ਮੈਂ ਤਿਆਰ ਹੋਣਾ ਮੈਚ। ਫਿਰ ਮੇਰੀ ਗੱਲ ਸੁਣ, ਮੈਚ ਚੰਗੇ ਫੜੇ ਆ ਤੂੰ ਹੈ, 75-90 ਲੱਖ ਤੋਂ ਥੱਲੇ ਨਾ ਫੜਿਆ ਕਰਨਾ। ਨਹੀਂ ਬਾਕੀ ਮੈਂ ਜ਼ਿਆਦਾ ਲੋਕ ਫਿਰ ਪਤਾ ਕੀ ਕਰਦੇ, ਕਹਿੰਦੇ ਪਸੰਦ ਕਰਦੇ ਆ ਅਸੀਂ ਵੀ ਤੁਹਾਡੀਆਂ ਮੈਚ ਤੋਂ ਪਹਿਲੋਂ ਗੱਲਾਂ, ਤੁਸੀਂ ਕੀ ਕਰਦੇ ਕੀ ਬਾਤਾਂ। ਮੈਚ ਤਾਂ ਤੁਹਾਨੂੰ ਪਹਿਲੋਂ ਦੱਸਤਾ ਵੀ ਬਸ ਪਹਿਲੋਂ ਪੈਸੇ ਲੈ ਕੇ ਖੇਡਦਾ ਵਾ, ਇਹਨੂੰ ਪਹਿਲੋਂ ਪੈਸੇ ਫੜਾ ਤੇ ਰੁਪਈਆ 30-31 ਹਜ਼ਾਰ ਰੁਪਈਆ ਪੂਰਾ ਹੈ ਲੈਂਦਾ, ਅਜੇ ਗੱਡੀ ਦਾ ਖਰਚਾ ਇਹਨੇ ਪਹਿਲੋਂ ਫੜਾ ਤੇ ਤੈਨੂੰ ਭਰਾ ਵੀ ਆ ਜੀ ਸਾਰਾ ਹੈ, ਤੇ ਪਹਿਲੋਂ ਖਰਚਾ ਪਾਣੀ ਫਿਰ ਡਾਈਟ ਡੂਟ ਖਾਣੀ ਹੁੰਦੀ ਇਹਨੇ 31 ਹਜ਼ਾਰ ਦੀ ਡਾਈਟ, 10 ਹਜ਼ਾਰ ਰੁਪਇਆ ਲਾ ਜਾਂਦਾ ਲੱਡੂ ਦਾ ਹੁਣ ਜਾਂਦਾ ਜੀ ਵੇਹ ਵੇਚ ਦੇ ਪੀ ਵੇ ਹੈਪੀ 10 ਹਜ਼ਾਰ ਹਾਂ ਵੇ ਭਰਾਵਾ ਦੇਣ ਕੱਟਣ ਡਿਆ ਮੈਂ, ਕੱਟ ਲੈਂਦੇ ਮੈਨੂੰ ਪਾਇਆ ਟਾਈਮ ਹੁਣ ਇਥੋਂ ਤੱਕ ਬੈਠੇ ਉਹ ਲਿਆਉਣ ਵਾਲਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੇਰੇ ਗੁਰੂ ਨਾਲ ਮੇਲੇ ਖੜਾਇਆ ਕਰਨੇ ਆ, ਕੋਈ ਚੱਕਰ ਨੀ ਕੋਈ ਨੀ, ਲੋਕ ਕਰਦੇ ਰਹਿੰਦੇ ਮਗਾ ਆਪਾਂ ਮੇਲੇ, ਕੋਈ ਨੀ ਲੋਕੀ ਕਰਦੇ ਆ ਇੰਟਰਫੇਅਰ ਗੱਲਾਂ ਚ, ਅਸਲ ਕੇ ਇਹ ਭਰਾ ਨੂੰ ਕੋਈ ਨੀ ਪਤਾ, ਕੋਈ ਗੱਲ ਨੀ, ਏਡਾ ਇਸ਼ੂ ਨੀ, ਬੜੇ ਕੁਝ ਕਿਆਫੇ ਤੋਲਦੇ ਆ ਲੋਕੀ, ਪਰ ਮੈਂ ਇੱਕੋ ਬੇਨਤੀ ਭਰਾਵਾਂ ਨੂੰ, ਭਰਾ ਨਾ ਬੋਲੋ ਕਿਸੇ ਨੂੰ ਮਾੜਾ, ਜਿਤ ਨਜ਼ਰ ਤੁਹਾਨੂੰ ਕਿਸੇ ਦੀ ਨਿੱਜੀ ਗੱਲ ਚ ਕੋਈ ਪਤਾ ਨੀ ਨਾ, ਕਿਸੇ ਦੀ ਲਾਈਫ ਜਾਂ ਕਿਸੇ ਦੇ ਘਰ ਚ ਆਪਾਂ ਦਖਲਅੰਦਾਜ਼ੀ ਨੀ ਕਰ ਸਕਦੇ। ਜਦੋਂ ਤੁਹਾਡੇ ਘਰ ਕੋਈ ਦਖਲਅੰਦਾਜ਼ੀ ਕਰਦਾ ਤੁਸੀਂ ਕਹਿੰਦੇ ਤੂੰ ਕੌਣ ਨਾ ਬੋਲਣ ਵਾਲਾ, ਸਾਡੇ ਘਰ ਦੀ ਗੱਲ, ਸਾਡੇ ਘਰ ਦੀ ਗੱਲ ਨਾ ਬੋਲੋ, ਸਹੀ ਕਿ ਨਹੀਂ? ਕੋਈ ਨੀ ਕੋਈ ਨੀ, ਹਾਂ ਆਪਸੀ ਮੈਟਰ ਸਾਡਾ ਹੀ ਕਰ ਲਾਂਗੇ, ਮੈਨੂੰ ਵੀ ਲੋਕ ਬੜਾ ਨਾ ਬਸ
ਮੈਨੂੰ ਹੀ ਲੋਕ ਨਾ ਬਹੁਤ ਫੋਨ ਫਾਨ ਕਰਕੇ ਪੁੱਛਦੇ ਕੀ ਚੱਕਰ ਆ ਕੀ ਨਹੀਂ। ਮੈਂ ਕਿਹਾ ਕੋਈ ਨੀ ਭਰਾਵਾ, ਓਦਾਂ ਮਾੜੇ ਮੋਟੇ ਹੋ ਜਾਂਦੇ ਚੱਕਰ, ਵਾਧੇ ਘਾਟੇ ਕੋਈ ਨੀ। ਜਿੰਨੇ ਫਰੰਦੀ ਕੋ ਵੀ ਆਇਆ ਕਰਾਂਗੇ, ਉਹ ਵੀ ਖੜਾ ਕਰਾਂਗੇ। ਲੋਕੀ ਜਿਹੜੇ ਨਾ ਗਲਤ ਅਫਵਾਹ ਗਲਤ ਸੋਚਦੇ ਆ, ਗਲਤ ਲੈਂਗੁਏਜ ਨਾਲ ਚੱਲਦੇ, ਨਹੀਂ ਚੱਲਣਾ ਚਾਹੀਦਾ। ਸਾਰੇ ਲੈਂਗੁਏਜ ਗਲਤ ਵਰਤਣ ਦੀ, ਸਾਰੇ ਮਾਵਾਂ ਦੇ ਪੁੱਤ ਆ, ਓਦਾਂ ਦੀਆਂ ਤੁਹਾਡੀਆਂ ਮਾਵਾਂ ਭੈਣਾਂ ਓਦਾਂ ਦੇ, ਤੁਸੀਂ ਓਦਾਂ ਦੇ, ਅਸੀਂ ਆ, ਸਾਰਾ ਇੱਕੋ ਓਦਾਂ ਦੀਆਂ, ਸਾਰੇ ਮਾਵਾਂ ਭੈਣਾਂ ਸਾਂਝੀਆਂ ਸਾਰਿਆਂ ਦੀਆਂ। ਪਰ ਚਲੋ ਮਾਵਾਂ ਭੈਣਾਂ ਦੀ ਗੱਲ ਤਾਂ ਕੋਈ ਨਹੀਂ ਕੱਢਦਾ, ਪਰ ਇਹ ਆ ਵੀ ਗਲਤ ਬੋਲਦੇ ਏਦਾਂ ਉਦਾਂ ਉਹ ਆ ਟੀਂਗੜਾ, ਤੁਹਾਨੂੰ ਜਦੋਂ ਪਤਾ ਹੀ ਨੀ ਕਿਹੇ ਗੱਲ ਦਾ, ਤੁਸੀਂ ਜਿੰਨਾ ਚਿਰ ਤੁਹਾਨੂੰ ਕਲੀਅਰ ਨੀ ਪਤਾ ਕਿਹੋ ਕਹਿ ਸਕਦੇ, ਕਿਸੇ ਦੇ ਹੱਕ ਚ ਨੀ ਹੋ ਸਕਦੇ। ਏਦਾਂ ਦਾ ਨਾ ਕੋਈ ਮਸਲਾ ਵਾ ਗਲਤ ਵਾਲਾ ਨਾ ਸਹੀ ਵਾਲਾ, ਤੁਹਾਨੂੰ ਕੁਛ ਨੀ ਪਤਾ। ਜਦੋਂ ਤੁਹਾਨੂੰ ਕੁਛ ਪਤਾ ਲੱਗੂ ਉਦੋਂ ਬੋਲਿਓ, ਤੁਸੀਂ ਹੱਕਦਾਰ ਹੋਵੋਗੇ, ਤੁਹਾਨੂੰ ਗੁਰੂ ਰੋਕੂਗਾ ਫਿਰ ਗੱਲ ਕਰਿਓ। ਬਾਕੀ ਇਹਨਾਂ ਦਾ ਕੀ, ਇਹਨਾਂ ਫਿਰ ਮਤਲਬ ਐਡੀ ਕਿਹੜੀ ਗੱਲ ਆ, ਜਦੋਂ ਕੀ ਕਹਿੰਦੇ ਹੁੰਦੇ ਵੀ ਫਿਰ ਕੰਮ ਇਕੱਠਾ ਹੀ ਆ, ਜਦੋਂ ਭੈਣ ਭਾਈਆਂ ਦੀ ਹੋ ਗਈ ਮੁੱਢੀ ਪਈ ਗਈ ਤੇ ਚੱਲਦੇ ਰਹਿੰਦੇ ਵਾਧੇ ਘਾਟੇ। ਠੀਕ ਏਦਾਂ ਦਾ ਹੀ ਆ, ਪਤਾ ਨੀ ਖਾਣ ਕੇ ਗਲਤ ਕੇ ਸਹੀ ਆ, ਬੜਾ ਕੁਛ ਹੁੰਦਾ ਦੁਨੀਆਦਾਰੀ ਤੇ। ਲੋਕੀ ਤਾਂ ਕਹਿੰਦੇ ਵੀ ਇੱਕ ਘੰਟੇ ਚ ਜੋ ਹੋ ਗਿਆ ਉਹ ਖਰੇ, ਮੁੜ ਕੇ ਕੁੱਖ ਹੋਣਾ ਹੀ ਨੀ, ਕਹਿੰਦੇ ਕੀ ਹੋ ਗਿਆ, ਪਤਾ ਨੀ ਕੀ ਜੰਗ ਲੱਗ ਗਈ ਆ। ਕਬੱਡੀ ਚ ਪਲੇਅਰ ਲੜ ਪੈਣ, ਮਾੜਾ ਮੋਟਾ ਦੇ ਗਰਾਊਂਡ ਤੋਂ ਬਾਹਰ ਇਕੱਠੇ ਹੁੰਦੇ ਤੇ ਲੋਕੀ ਹੋਰ ਕੁਛ ਸੋਚ ਕੇ ਬੈਠੇ ਹੁੰਦੇ, ਨਾ ਐ ਕਰ ਲੈਣਾ ਹੀ, ਨਾ ਉਹ ਕਰ ਲੈਣਾ ਹੀ, ਉਹ ਇਕੱਠੇ ਹੁੰਦੇ ਵਿਚਾਰੇ, ਉਹਨਾਂ ਦੇ ਦਿਲ ਚ ਕੁਛ ਨੀ ਹੁੰਦੀ, ਲੋਕਾਂ ਦੇ ਜ਼ਿਆਦਾ ਭਾਂਬੜ ਮੱਚਦੇ ਮੁੜ ਕੇ। ਪਰ ਨਹੀਂ, ਸਵਾਦ ਲਓ ਜ਼ਿੰਦਗੀ ਦਾ, ਇੰਜੋਏ ਕਰੋ ਆਪਦੇ ਹਿਸਾਬ ਨਾਲ, ਗੱਲ ਖਤਮ। ਚਲੋ ਮੈਂ ਤਿਆਰ ਹੋ ਸ਼ੇਰੋ, ਕਿਹੜਾ ਕਿਹੜਾ ਆਇਆ ਫਿਰ ਫੋਟੋ ਕਰਾਉਣ? ਲੱਗੀ ਮਤਲਬ ਕੀ ਕਬੱਡੀ ਵਾਲੇ ਸਕਾਰਪੀਓ ਦੇ ਬੜੇ ਸ਼ੌਕੀਨ ਆ। ਹੈ ਚਲੋ ਕਿਹੜੇ ਡਾਂਡ ਆ, ਕਿਹੜੀ ਮਿਹਨਤ ਦੀ, ਪੰਦਰਾਂ ਮਾਰਨਾ ਪੰਜ ਡਾਂਡ ਮਾਰੀ, ਮੇਰੀ ਭਗਤੀ ਨਾ ਸਵੇਰ ਦੀ, ਉਹ ਕਿਧਰ ਜਾਣੀ ਹੈ ਭਗਤੀ, ਭਗਤੀ ਸਵੇਰ ਦੀ ਇਹਨਾਂ ਪੰਦਰਾਂ ਡਾਂਡ ਪੰਜੀ ਮਾਰਦੇ ਲੱਗਦਾ। ਹੈਪੀ ਚੱਲ ਅੱਜ, ਹੈਪੀ ਕਿੰਨੇ ਆ ਤੇਰੀ ਕੀ, ਤੂੰ ਤਾਂ ਮੇਰੀ ਬੜੀ ਮਿਹਨਤ ਆ, ਸੋ ਵਾਓ ਉਹ ਮੈਂ ਵਿਖਾ ਕੇ ਨਹੀਂ ਲਾਉਂਦਾ, ਹੈਪੀ ਰਾਦ ਨੇ ਚੋਰੀ ਮਿਹਨਤ ਲਈ ਦੀ, ਤੂੰ ਕਹਿੰਦਾ ਸਿੱਧਾ ਮੇਰੀ ਮਿਹਨਤ ਆ ਸੰਧੂ ਸਾਹਿਬ, ਇੱਕ ਮਿਹਨਤ ਆ। ਹਾਂਜੀ ਮੇਰੀ, ਮੈਂ ਤਾਂ ਪਾ ਲਾ, ਮੈਂ ਅੰਦਰ ਉੱਥੇ ਕਬੱਡੀਆਂ ਵੱਧ ਪਾ ਆਉਂਦਾ ਨਾ, ਮੈਂ ਫਿਰ ਕੋਈ ਕੱਚ ਨਹੀਂ ਫੜਦਾ ਨਹੀਂ, ਮਿਹਨਤ ਜਾਇ ਵੱਧ ਬਣਾ ਲਾ ਵੇ ਆ, ਵੇਲਾ ਇੱਧਰ ਸਾਰੇ ਭਲਵਾਨ ਦੀ, ਇਹਦੇ ਕਿੰਨੇ ਅੱਜ ਨੰਗਣ ਲੱਗਿਆ ਥਾਂ ਚੋਂ, ਕਿਸ਼ਤਾਂ ਚ ਨੀ ਗਿਣੀਆਂ ਜਾਂਦੀਆਂ, ਕਿਸ਼ਤਾਂ ਨੀ ਗਿਣੀਆਂ ਜਾਣੀਆਂ, ਉਹ ਭਰਾਵਾ ਗੱਡੀ ਵੀ ਚਲਾ ਕੇ ਖੜਨੀ ਹੂੰ, ਮੁੜ ਕੇ ਸਟੀਅਰਿੰਗ ਤੇ ਹੱਥ ਕੰਬਦੇ ਜਾਣਗੇ। ਨਹੀਂ ਕਿਰਕੋ ਮੰਗਾਉਣੇ ਡੰਬਲ, ਓਏ ਓਏ ਦੀਪ, ਡੰਬਲ ਕਿਰਕੋ ਮੰਗਾਉਣੇ ਆ, ਅੰਬੇ ਕੋ, ਹਾਂ ਅੰਬੇ ਭਵਾਨ ਕੋ, ਹਾਂ ਰੱਖਦਾ ਪੱਕੇ, ਪੱਕੇ ਰੱਖਦਾ, ਮਤਲਬ ਤੂੰ ਵੀ ਪੱਕਾ ਪਵਾਉਂਦੇ ਆ? ਨਹੀਂ ਮੈਂ ਭਵਾਨ ਜੀ ਡੰਬਲ ਪੱਕੇ, ਹਾਂ ਹਾਂਜੀ 100 ਡੰਬਲ ਸ਼ਾਮ ਨੂੰ 4 ਸਵੇਰੇ। ਅੱਛਾ ਬਾਕੀ ਮਿਹਨਤ
ਬਾਕੀ ਮਿਹਨਤ ਤੁਹਾਨੂੰ ਪਤਾ ਹੀ ਆ। ਮਿਹਨਤ ਤਾਂ ਇੰਨੀ ਸੀ ਨਾ, ਆਪਾਂ ਇਕੱਠੇ ਰਹਿ ਕੈਨੇਡਾ ਸੱਚ ਦੱਸ ਮਿਹਨਤ ਕਿੰਨੀ। ਮਿਹਨਤ ਪ੍ਰੀਤ ਦੀ ਉਹ ਤਾਂ ਬਹੁਤ ਆ, ਇਹਦੀ ਇਹਦੀ ਮਿਹਨਤ 7 ਮਿੰਟ ਆ ਪੂਰੀ, 7 ਮਿੰਟ ਪੂਰੀ, ਹੈ 1.5 ਮਿੰਟ ਪੂਰੀ। ਚੱਲ ਵਾਰੀ ਨਹੀਂ ਹੁਣ ਸਰੀਰ ਸਰੂਰ ਕਾਇਮ ਕਰ ਗਿਆ ਵਾਰੀ ਵਾਰੀ ਮਿਹਨਤ, ਹੈ ਸੋ ਨਹੀਂ ਕਰੀਦੀ। ਹਾਂ ਸਕਾ ਤੂੰ ਨਾ ਆਇਆ ਅਰੇ ਅਰੇ ਤੇ ਲੋਕੀ ਬੜਾ ਕਹਿੰਦੇ ਦੇ ਖਤਮ ਸੱਟ ਕੀ ਨਹੀਂ ਲੱਗੀ। ਹਾਂ ਫਿਰ ਲੋਕਾਂ ਨੇ ਦੁਨੀਆਦਾਰੀ ਨੂੰ ਅਜੇ ਨੇ ਦੇ ਅੱਜ ਕਿੰਨੇ ਜੱਫੇ, ਅੱਜ 2 ਟੱਚ 1 ਜੱਫਾ ਬਸ। ਦੂਜਾ ਦਿਨ ਮੈਂ ਕਹਿੰਦਾ ਜਦੋਂ ਮੈਚ ਦਾ ਫੈਸਲਾ ਹੈਗਾ ਸਾਰਾ ਤੂੰ ਰਿਵਿਊ ਕਰਨ ਤੋਂ ਵਿਖਾਉਣਾ ਵੀਰ ਜੀ, ਰਿਵਿਊ ਜਿੱਤ ਗਏ ਆਪਾਂ ਚੇਤ ਕਰਨ ਗਿਆ ਉਹ ਮਾਮਾ ਸੱਤਾਂ ਵਾਲੇ ਸੀ ਜਿਹੜੇ ਰੈਫਰੀ ਉਹਨਾਂ ਨੂੰ ਸੁਚੇਤ ਕਰ ਰਹੇ ਕਲੋਜ਼ ਮੈਟਰ ਹੋਵੇ ਆਪਾਂ ਵੀ ਕਿੰਨੇ ਰੈਫਰੀ ਰੱਬ ਨਹੀਂ ਠੀਕ ਆ, ਮੈਨੂੰ ਨਹੀਂ ਪਤਾ ਲੱਗਾ ਚੱਲ ਤੇਰੀ ਗਲਤੀ ਨਹੀਂ ਹਨਾ ਲੱਤਾਂ ਲਾ ਤੇ ਹੁਣ ਮੇਰੀ ਗੱਲ ਸੁਣ ਇੰਨਾ ਫਰਕ ਆ ਜੇ ਰੈਫਰੀ ਨੂੰ ਨਹੀਂ ਖੰਡਿਆ ਤੇ ਕਾਹਦਾ ਰੈਫਰੀ ਉਹਨਾਂ ਨੇ ਮਾਰਦਾ ਨੇ ਗੁੱਸੇ ਲਗਾਤਾਰ ਸਹੀ ਗੱਲ ਕਿ ਨਹੀਂ ਗੁਲਾਬ ਵਧਣ ਸੱਪ ਦੇ ਮੂੰਹ ਚ ਕੋਡ ਕਿਰਲੀ ਛੱਡੇ ਕੇ ਗਾਂ ਲਗਾ ਲਗੇ ਕੀ ਕਰੇ ਉਹ ਤੇ ਚਾਰਾ ਜੇ ਕਹਿੰਦਾ ਰੇਡਰ ਦਾ ਤੇ ਦੂਜੀ ਅਪੀਲ ਠੰਡੀ ਪੈਂਦੀ ਹੁਣ ਕਈ ਰਾਤ ਮੈਚ ਗਏ ਆਪਾਂ ਜਿੱਤ ਅੱਜ ਕਿਹੜੇ ਪਿੰਡ ਸੀ ਮੈਂ ਹਾਂ ਬਾਕੀ ਅਸੀਂ ਰੋਜ਼ ਤਾਂ ਨਹੀਂ ਆ ਜਦੋਂ ਆਪਣਾ ਦਿਲ ਕਰੀਦਾ ਉਦੋਂ ਵਲੌਗ ਪਾਇਦਾ ਜ਼ਿਆਦਾ ਜਦੋਂ ਆਪਣੇ ਦਾ ਪ੍ਰੀਤ ਹੁੰਦਾ ਫਿਰ ਤੈਨੂੰ ਪਤਾ ਜ਼ਿਆਦੀਆਂ ਗੱਲਾਂ ਕਰ ਲੈਂਦਾ ਹੈ ਵਲੌਗ ਚਾੜ ਦਿੰਦਾ ਤਾਂ ਸਿਰੇ ਨੂੰ ਰੀਚ ਵੱਧ ਜਾਂਦੀ ਹੈ ਰੀਚ ਵੱਧ ਜਾਂਦੀ ਜਦੋਂ ਇਹ ਪ੍ਰੀਤ ਹੁੰਦਾ ਨਾ ਇਹਨੂੰ ਸਪੈਸ਼ਲ ਸੱਦੀ ਦਾ ਜਾਂ ਫਿਰ ਇਹਦੇ ਕੋਲ ਚੱਲ ਜਾਈਦਾ ਪਾਈਏ ਰੀ ਰੂਲ ਵੀ ਪਾਈਏ ਕੋਈ ਇਸ ਤਰ੍ਹਾਂ ਕੇ ਵੇਖਿਆ ਵਾ ਪਲਾਨ ਬੋਲਿਆ ਨੀ ਤੂੰ ਸਗੋਂ ਰੌਲਾ ਪਾ ਲਿਆ ਕਰ ਇਹਨੇ ਸਮਝਿਆ ਕਰਨਾ ਵੀ ਨਹੀਂ ਹੋਵੇ ਟ੍ਰੇਡਰ ਜਾਪੀ ਦੇ ਰਿਐਕਸ਼ਨ ਤੇ ਹੋਵੇ ਤੇ ਫਿਰ ਤੇ ਗਿਆ ਫਿਰ ਮੇਰੇ ਵਰਗਾ ਵੱਧ ਰੌਲਾ ਪਾ ਕੇ ਨੰਬਰ ਹੀ ਲੈ ਜਾ ਕਰੇ ਬੰਦੇ ਨੂੰ ਲੈ ਵੀ ਇੰਨਾ ਪ੍ਰੈਸ਼ਰ ਚਾਰ ਘੰਟੇ ਜਿਹੜਾ ਵਾ ਸੱਤੂ ਨੂੰ ਸਾਰੇ ਭੱਜਿਆ ਪ੍ਰੈਸ਼ਰ ਪੈ ਗਿਆ।